ਸਤਿ ਸ਼੍ਰੀ ਅਕਾਲ ਅਲੈਗਮ ਕੀ ਹਾਲ ਚਾਲ ਹੈ ਸਭ ਕੋ ਮੈਂ ਬਿਲਕੁਲ ਠੀਕ ਠਾਕ ਆਪ ਸਭ ਦੀ ਦੁਆ ਕੇ ਸਾਥ ਲੋ ਜੀ ਮੈਂ ਅੰਮੀ ਵੱਸੇ ਚਾਹੇ ਉੱਪਰ ਲੈ ਕੇ ਜਾ ਰਹੀ ਸਾਂ ਔਰ ਮੈਂ ਅਰੂਸ਼ ਨੂੰ ਛੱਡਣ ਜਾਣਾ ਸੀ ਔਰ ਮੈਂ ਕਿਹਾ ਫਟਾਫਟ ਅੰਮੀ ਨੂੰ ਪਹਿਲੇ ਚਾਹੇ ਦੇਵਾਂ ਫਿਰ ਅੰਮੀ ਦੀ ਚਾਹੇ ਨਾਲ ਲੇਟ ਹੋ ਜਾਂਦੀ ਹੈ ਨਹੀਂ ਅਰੂਸ਼ ਨੂੰ ਛੱਡਣ ਚੱਲਦੀਆਂ ਪਹਿਲਾਂ ਉਹਦੀ ਮੈਂ ਨਹੀਂ ਪਹਿਲਾਂ ਜਾਣਾ ਉੱਥੇ ਉਹਨਾਂ ਨੇ ਦੁੱਧ ਦਿੱਤਾ ਸੀ ਪੀਣ ਵਾਸਤੇ ਤੁਹਾਨੂੰ ਪਤਾ ਦੁੱਧ ਨਹੀਂ ਪੀਂਦੀ ਹਾਂ ਨਹੀਂ ਮੈਂ ਜਾਣਾ ਅੱਜ ਪਹਿਲਾਂ ਮੈਂ ਬਾਅਦ ਚ ਜਾਵਾਂਗੀ ਤੇ ਮੈਂ ਹੁਣ ਪਹਿਲਾਂ ਅਰੂਸ਼ ਨੂੰ ਛੱਡਣ ਚੱਲੀ ਆਂ हां ਦੁੱਧ हां ਦੁੱਧ ਨਹੀਂ ਉਹ ਉਹਨਾਂ ਨੇ ਉਥੇ ਮਿਲਕ ਦਿੱਤਾ ਸੀ ਪੀਣ ਵਾਸਤੇ ਤੇ ਮੈਂ ਨਹੀਂ ਪੀ ਸਕਦੀ ਉਹ ਤੇਰੇ ਬੱਚੇ ਜਾਂਦੇ ਹਾਂ हां ਬੱਚੇ ਜਾਂਦੇ ਨੇ ਉਹਨਾਂ ਨੂੰ ਨਾਸ਼ਤਾ ਕਰਾਉਂਦੇ ਨੇ ਉਥੇ ਤੇ ਦੁੱਧ ਦਿੰਦੇ ਨੇ ਸੀਰੀਅਲ ਦਿੰਦੇ ਨੇ ਡੱਬਾ ਰੋਟੀ ਦਿੰਦੇ ਨੇ ਤੇ ਦੁੱਧ ਲਾਜ਼ਮੀ ਤੁਹਾਨੂੰ ਪਤਾ ਇੱਥੇ ਤਾਂ ਬੱਚੇ ਦੁੱਧ ਪੀਂਦੇ ਨੇ ਉਹ ਪੀਂਦੀ ਨਹੀਂ ਕਹਿੰਦੀ ਮੈਂ ਤੇ ਨਹੀਂ ਜਾਣਾ ਸਵੇਰ ਮੈਂ ਬਾਅਦ ਚ ਜਾਵਾਂਗੀ ਪਹਿਲਾਂ ਰੂਸ਼ ਨੂੰ ਛੱਡਿਆ ਹੁਣ ਮੈਂ ਰੂਸ਼ ਨੂੰ ਪਹਿਲਾਂ ਛੱਡਣ ਚੱਲੀ ਆਂ ਫੇਰ ਆਵਾਂਗੀ ਫੇਰ ਅ즈ਵਾਨ ਲੈ ਕੇ ਜਾਵਾਂਗੀ ਅ즈ਵਾ ਘਾਰ ਹੀ ਮੈਂ ਉਹਨੂੰ ਉੱਤੇ ਕੱਲ ਦੇਣੀ ਆ ਤੁਹਾਡੇ ਕੋਲ ਕੱਲ ਦੇ ਜੀ ਅਰਜਵਾ ਨੂੰ ਮੰਮੀ ਦੇ ਕੋਲ ਬਿਠਾ ਕੇ ਬਲਕਿ ਮੈਂ ਅਰਜਵਾ ਨੂੰ ਕਿਹਾ ਮੈਂ ਕਿ ਆਪ ਉੱਪਰ ਚਲੀ ਜਾ ਮੈਂ ਨਹੀਂ ਸਾਂ ਉੱਪਰ ਗਈ ਔਰ ਮੈਂ ਇੱਥੇ ਅਰੂਸ਼ਣ ਚੜਨ ਜਾ ਰਹੀ ਆ ਰੋਹਾਨ ਜਿਹੜਾ ਉਹ ਵੀ ਚਲਾ ਗਿਆ ਸੀ ਤੇ ਇਹ ਸੁਬਾ ਸੁਬਾ ਦਾ ਹਜੇ 8:30 ਵਜੇ ਕਿਉਂਕਿ ਅਰਜਵਾ ਅਰੂਸ਼ ਦੀ ਕਲਾਸ ਸਟਾਰਟ ਹੋਣੀ ਸੀ 8 ਵਜੇ ਔਰ ਸੁਬਾ ਸੁਬਾ ਵੇਖੋ ਮਾਸ਼ਾਅੱਲਾ ਇੰਨਾ ਸੋਹਣਾ ਮੌਸਮ ਸੀ ਹਵਾ ਚੱਲਦੀ ਸੀ ਭਈ ਹੈ ਸੀ ਮਤਲਬ ਠੰਡਕ ਹੈ ਸੀ ਲੇਕਿਨ ਬਹੁਤ ਜ਼ਿਆਦਾ ਠੰਡਕ ਨਹੀਂ ਸੀ ਲੇਕਿਨ ਇਹ ਵੇ ਕਿ ਇੱਥੇ ਦਾ ਮੌਸਮ ਇਸ ਤਰ੍ਹਾਂ ਦਾ ਹੈ 1 ਮਿੰਟ 'ਚ ਕੁਝ ਤੇ 1 ਮਿੰਟ 'ਚ ਕੁਝ 1 ਘੰਟੇ ਔਰ ਘਰ ਮੈਂ ਤੇ ਅਰੂਸ਼ ਜਾ ਰਹੀਆਂ ਸਨ ਔਰ ਇੱਥੇ ਮੈਂ ਅਰੂਸ਼ ਨੂੰ ਛੱਡ ਕੇ ਹੁਣ ਵਾਪਸ ਜਾ ਰਹੀ ਸਾਂ ਵੇਖੋ ਕੋਈ ਬੰਦਾ ਬਸ਼ਰ ਕਿਤੇ ਨਜ਼ਰ ਆਉਂਦਾ ਕੋਈ ਕਦੀ ਕੁ ਲੋਕ ਜਿਹੜੇ ਨਜ਼ਰ ਆ ਰਹੇ ਨੇ ਕਿਉਂਕਿ ਜ਼ਿਆਦਾ अर्ਲੀ ਸੀ ਨਾ ਤੇ तकरीबन 8:00 8:30 ਵਜੇ ਤੋਂ ਬਾਅਦ ਰਸ਼ ਹੋਣ ਲੱਗਦਾ ਸਵਾ 8:00 ਵਜੇ ਤੋਂ ਬਾਅਦ ਫਿਰ ਲੋਕ ਨਿਕਲਦੇ ਨੇ ਸਕੂਲਸ ਵਗੈਰਾ ਵਾਸਤੇ ਤੇ ਜਿਹੜਾ ਨਾ ਮੈਂ ਹੁਣ ਘਰ ਜਾਵਾਂਗੀ ਘਰ ਜਾ ਕੇ ਫਿਰ ਮੈਂ ਅਜ਼ਵਾਨ ਨੂੰ ਲਵਾਂਗੀ ਔਰ ਲੋ ਜੀ ਆ ਗਏ ਅਸੀਂ ਕਾਰ ਤੇ ਮੈਂ ਸੀੜੀਆਂ ਉੱਤੇ ਚੜ੍ਹਦੀ ਸਾਂ ਮੈਂ ਕਿੰਨੇ ਦਿਨ ਹੋ ਗਏ ਤੁਹਾਨੂੰ ਸੀੜੀਆਂ ਦਾ 뷰 ਹੀ ਨਹੀਂ ਵਿਖਾਇਆ ਆ ਵੇਖੋ ਮੇਰੇ ਡੇ ਸੋਨੇ ਫੁੱਲ ਨੇ ਇਹਨਾਂ ਵਿਚਾਰੇ ਨੂੰ ਜਿਹੜਾ ਨਾ ਉਹ ਮੈਨੂੰ ਵੇਖਣ ਦੀ ਫੁਰਸਤ ਹੀ ਨਹੀਂ ਮਿਲਦੀ ਇਹਨਾਂ ਟਾਈਮ ਹੀ ਨਹੀਂ ਹੁੰਦਾ ਪਏ ਵੀ ਵਿਚਾਰੀ ਉਹ ਜੀ ਜਗ੍ਹਾ ਤੇਰੇ ਪਾਜ ਦੇ ਉੱਤੇ ਚੜ੍ਹਦੀ ਤੇ ਪਾਜ ਦੇ ਥੱਲੇ ਲੱਤ ਜੋਦੇ ਆ ਮੈਂ ਉੱਪਰ ਫਿਰ ਅੰਮੀ ਵਾਲੇ ਕਮਰੇ ਚਾਈ ਮੈਂ ਅਜ਼ਵਾ ਨੂੰ ਥੱਲੇਵਾਜ਼ਾ ਮਾਰਦੀ ਅਜ਼ਵਾ ਮੇਂ ਨਜ਼ਰ ਹੀ ਨਹੀਂ ਤੇ ਅਜ਼ਵਾ ਇੱਥੇ ਅੰਮੀ ਦੇ ਨਾਲ ਜਿਹੜਾ ਉਹ ਰਜ਼ਾਈ ਵਿੱਚ ਲੰਮੀ ਪਈ ਸੀ ਔਰ ਮੈਂ ਉਹਨਾਂ ਕਹਾ ਮੈਂ ਕਿਹਾ ਚਲੋ ਜੀ ਪੁੱਤਰ ਜੀ ਹੁਣ ਨਿਕਲੋ ਰਜ਼ਾਈ ਚੋਂ ਤੇ ਆਓ ਮੈਂ ਤੁਹਾਡੇ ਵਾਲ ਜਿਹੜੇ ਨੇ ਨਾ ਉਹ ਬਰਸ਼ ਕਰਾਂ ਤੇ 10 ਮਿੰਟ ਬਾਅਦ ਜਿਹੜਾ ਹੁਣ ਅਸੀਂ ਤੁਸੀ ਤੁਹਾਨੂੰ ਮੈਂ ਛੱਡ ਕੇ ਆਵਾਂ ਬਸ ਇਹ ਵੇਖ ਲਓ ਵਾ ਸਵੇਰ ਸਵੇਰ ਮਤਲਬ ਸਵੇਰ ਸਵੇਰ ਮੇਰੀ ਕੰਟਾ ਡੇਟ ਜਿਹੜੀ ਹੈ ਵਾਕ ਹੋ ਜਾਂਦੀ ਹੈ ਐਸੀ ਤਰ੍ਹਾਂ ਤੇ ਬਾਕੀ ਦਿਨ ਜਿਹੜਾ ਉਹ ਪਿੱਛੇ ਵੇ ਲਓ ਜੀ ਇੱਥੇ ਮੈਂ ਇਸ ਵਾਰ ਸਕੂਲ ਜਾ ਰਹੇ ਆ ਤੇ ਹੁਣ ਅੱਗੂ ਦੀ ਸਟੋਰੀ ਸੁਣੋ ਮੈਂ ਕਿੰਨੀਆ ਬੰਦਾ ਸੋਚਦਾ ਕੋਸ਼ਿਸ਼ ਹੁੰਦਾ ਕੋਸ਼ਿਸ਼ ਤੇ ਇੱਥੇ ਅੱਗੇ ਕੀ ਸੀ ਜੀ ਮੈਂ ਤੇ ਅ즈ਵਾ ਵਾਪਸ ਆ ਰਹੇ ਆ वापस क्यों आ रहीया हैं स्कूलों फोन आ गया कि अज़वा वोमिटिंग कर रही है थे अज़वा नो आके ले जो मेरी फ्रेंड आई सी असि जाना सी किते और ना फिर के के, की करी है। मैं उनू किया ओ कहंदी के हुन की करिए मैं कहया चलो हम अज़वा स्कूलों स्कूल उ लेन चलीया दे नाल मैं स्कूल उ लेन अज़वा कैसे हुआ था सी कब जब स्कूल से जब मैं आपको लेके गई हूं स्कूल ही वाज ओके

अच्छा फॉनिक की टीचर थी वो अच्छा अच्छा डोंट यू फॉनिक टेंडा हाउ आर यू अच्छा जो मेरा बेटा ठीक हो जाएगा मैं भी अपने बेटे को मेडिसिन देती हूं ना वो देखो मैं मेडिसिन लेके आई हूं ना अपने बेटे के लिए मैं आपको मेडिसिन देती हूं फिर आप ठीक हो जाओगे ठीक है और ना अज़वा में मेडिसिन देती ते अज़वा सो गई और मैं कहनिया सडनली इस तरह थोड़ा ना कोई हैपन होता ना खास तौर पे बच्चियां नाल ते उ बड़ा मुश्किल होता है मैं ते क्योंकि जिस तरह तुम तो सारे पता है मेरे तो कम कार भी बड़े कर वाले होंगे ने माशा बिल्कुल ठीक ठाक गई है और मैंने नहीं समझ आई कि होया इन्या ज़्यादा वनों तेज़ टैम्परेचर से और फिर मैं और पता मैं वही सोच कि मैं यही सोचती सभी कि काफ़ी दिन तू जरा ना कुछ ना कुछ पता नहीं समथिंग रोंग पता नहीं सितारे ही लगता मैनू ना मेरे ना गर्द गर्दश च आ गए सितारे गर्दशा आ गए हैं कुछ ना कुछ एवरी डे कुछ ना कुछ हो रहा और अजवा ने जो बचपन बहुत ज़्यादा तकलीफ बर्दाश्त की ना بس اس واسطے ਨਾ ਇਹਨੂੰ ਜ਼ਰਾ ਵੀ ਕੁਝ ਹੁੰਦਾ ਹੈ ਨਾ ਤੇ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦਾ। ਔਰ ਜਦੋਂ ਇਹਨੂੰ ਕੁਝ ਹੁੰਦਾ ਨਾ ਤੇ ਮੇਰੀਆਂ ਨਾ ਅੱਖਾਂ ਦੇ ਅੱਗੇ ਨਾ ਉਹ ਸੀਨ ਆਉਣ ਲੱਗ ਪੈਂਦੇ ਨੇ। ਮਤਲਬ ਮੇਰੇ ਵਾਸਤੇ ਨਹੀਂ ਹੈ। ਇਹਦੀ ਤਕਲੀਫ ਨਹੀਂ ਮੈਂ ਬਰਦਾਸ਼ਤ ਕਰ ਸਕਦੀ। ਔਰ ਨਾ ਬਸ ਇੰਨਾ ਹੀ ਸੋਚਾਂ ਵਿੱਚ ਇੰਨਾ ਹੀ ਗੱਲਾਂ ਵਿੱਚ ਮੇਰਾ ਇੱਕ ਬਹੁਤ ਇੰਪੋਰਟੈਂਟ ਕੰਮ ਸੀ ਫਿਰ ਮੈਂ ਉਹਨਾਂ ਨੂੰ ਫੋਨ ਕਰ ਦਿੱਤਾ ਕਿ ਮੈਂ ਸੌਰੀ ਅੱਜ ਇਹ ਕੰਮ ਨਹੀਂ ਕਰ ਸਕਦੀ ਕਿਉਂਕਿ ਫਿਰ ਮੈਨੂੰ ਆਪਣੇ ਸਾਰੇ ਕੰਮ ਛੱਡਨੇ ਪੈਂਦੇ ਨੇ। ਔਰ ਬਸ ਇੰਨਾ ਸੋਚਾਂ ਵਿੱਚ ਹੀ ਨਾ ਮੈਂ ਲੱਗੀ ਸਾਂ ਔਰ ਮੇਰੀ ਇੰਨਾ ਮਾਈਂਡ ਡਾਇਵਰਟ ਹੋਇਆ ਸੀ ਕਿ ਮੈਂ ਪਰਾਠਾ ਬਣਾ ਰਹੀ ਸਾਂ ਔਰ ਮੈਨੂੰ ਨਾ ਸਮਝ ਨਹੀਂ ਸੀ ਆ ਰਹੀ ਮੈਂ ਇੱਕ ਸਾਈਡ ਤੇ ਕਿੰਨੀ ਦੇਰ ਆਇਲ ਘਿਓ ਲਾਇਆ ਹੀ ਨਹੀਂ ਘਿਓ ਹੀ ਨਹੀਂ ਲਾਇਆ ਫਿਰ ਮੇਉ ਕਲਿੱਪ ਕੱਟਿਆ ਵਿੱਚੋਂ ਹਾਂ ਪਰਾਠਾ ਬਣ ਗਿਆ ਆਮਲੇਟ ਬੜਾ ਮਜ਼ੇਦਾ ਬਣ ਗਿਆ ਔਰ ਇਹ ਵੇਕੇ ਬਸ ਅੱਲਾਹ ਤਾਲਾ ਸਾਡੇ ਬੱਚਿਆਂ ਨੂੰ ਜਿਹੜਾ ਨਾ ਉਹ ਆਪਣੇ ਹਿਫਜ਼ੋ ਮਾਂਜ ਰੱਖੇ ਬੱਚਿਆਂ ਨੂੰ ਕੁਝ ਨਾ ਹੋਏ ਮੈਂ ਹਮੇਸ਼ਾ ਇਹ ਕਹਿੰਨੀ ਆ ਯਾ ਅੱਲਾਹ ਛੋਟੇ ਬੱਚਿਆਂ ਨੂੰ ਕੁਝ ਨਾ ਹੋਏ ਕਿ ਮੇਰੇ ਵਿੱਚ ਹੌਸਲਾ ਨਹੀਂ ਹੈ ਖਾਸ ਤੌਰ ਤੇ ਅਜ਼ਵਾਦੀ ਤਕਲੀਫ ਬਰਦਾਸ਼ਤ ਤੇ ਅਖਰ ਮੈਂ ਨਾ ਕਾਫੀ ਦਿਨਾਂ ਤੋਂ ਸੋਚ ਰਹੀ ਸਾਂ ਕਾਫੀ ਦਿਨਾਂ ਤੋਂ ਮਿੰਦਲਾ ਦੇ ਮੈਨੂੰ ਕਿੰਨੇ ਮਹੀਨੇ ਹੋ ਗਏ ਜੇ ਮੈਂ ਕਦੀ ਚਨੇ ਨਹੀਂ ਨਹੀਂ ਪਕਾਏ ਮੈਂ ਬਹੁਤ ਟਾਈਮ ਹੀ ਹੋ ਗਿਆ ਔਰ ਨਾ ਬੜਾ ਹੀ ਦਿਲ ਕਰਦਾ ਸੀ ਪਿਆ ਔਰ ਨਾ ਮੈਂ ਨਾ ਰਾਤੀ ਨਾ ਫਿਰ ਨਾ ਮੈਂ ਚਨੇ ਪੀਉਂ ਕੇ ਫਿਰ ਸੁੱਤੀ ਮੈਂ ਕਿ ਨਹੀਂ ਸਵੇਰ ਤੇ ਮੈਂ ਚਨੇ ਬਣਾਣੇ ਹੀ ਬਣਾਣੇ ਨੇ ਹਰ ਇਹਨ ਮੈਂ ਕੁੱਕਰ ਵਿੱਚ ਗਲਾ ਲਿਆ ਸੀ ਔਰ ਹੁਣ ਮੈਂ ਹਾਂਡੀ ਚ ਪਾ ਕੇ ਤੇ ਇਹਨਾਂ ਨੂੰ ਪੁੰਦੀ ਸਾਂ ਭਈ ਔਰ ਮੈਨੂੰ ਨਾ ਯਾਦ ਆਉਂਦਾ ਸੀ ਪਾ ਪਾਕਿਸਤਾਨ ਨਾਲ ਸਾਡੇ ਘਰ ਨਾਲ ਸਿਲੰਡਰ ਹੁੰਦਾ ਸੀ ਲੇਕਿਨ ਸਿਲੰਡਰ ਅਸੀਂ ਘੱਟ ਇਸਤੇਮਾਲ ਕਰਦੇ ਹੁੰਦੇ ਸਾਂ ਜ਼ਿਆਦਾਤਰ ਨਾ ਚੁੱਲ੍ਹੇ ਦੇ ਨਾ ਲੱਕੜੀਆਂ ਵਾਲੀ ਜਿਹੜਾ ਚੁੱਲਾ ਹੁੰਦਾ ਨਾ ਲੱਕੜੀਆਂ બાળ ਕੇ ਨਾ ਤੇ ਉਹ ਅੱਗ બાળ ਕੇ ਨਾ ਉਹਦੇ ਤੇ ਹਾਂਡੀ ਪਕਦੀ ਨਹੀਂ ਸੀ ਤੇ ਅਮੀ ਪਕਾਉਂਦੇ ਹੁੰਸਣ ਮਿੱਟੀ ਦੀ ਹਾਂਡੀ ਵਿੱਚ ਨਾ ਉਹਦੇ ਚ ਹਾਂਡੀ ਪਕਾਣੀ ਤੇ ਅਮੀ ਨੇ ਨਾ ਵਿੱਚ ਰੱਖ ਦਿੰਦੇ ਨੇ ਚਨੇ ਪਾ ਕੇ ਹਾਂਡੀ ਵਿੱਚ ਤੇ ਉਹਨਾ ਅੱਗ ਤੇ ਪੱਕਦੇ ਰਹਿਣੇ ਪੱਕਦੇ ਰਹਿਣੇ ਫਿਰ ਜਦੋਂ ਭੁੱਜ ਜਾਣੇ ਨਾ ਤੇ ਸਾਡੇ ਘਰ ਚ ਤਾਂ ਖੈਰ ਮੈਂਬਰ ਹੀ ਬਹੁਤ ਥੋੜੇ ਸਨ ਮੈਂ ਉਸਮਾਨ ਅੰਮੀ ਤੇ ਅਬੂ ਅੱਲਾ ਜਨਨ ਦੇਵੇ ਤੇ ਨਾ ਫਿਰ ਨਾ ਕਹਿਣਾ ਅੱਛਾ ਜੀ ਤੂੰ ਚਨੇ ਭੁੱਜ ਜਾਣਗੇ ਨਾ ਤੇ ਥੋੜੇ ਸਾਰੇ ਨਾ ਕੱਢ ਕੇ ਰੱਖਦੇ ਓ ਅੱਬੂ ਨੂੰ ਅੱਲਾ ਜਨਨ ਦੇਵੇ ਅੱਬੂ ਨੂੰ ਬੜੇ ਪਸੰਦ ਚੜਾ ਉਹਨੇ ਆਵਾਜ਼ ਮਾਰਨੀ ਭੁੱਜੇ ਚਨੇ ਥੋੜੇ ਸਾਰੇ ਮੇਰੇ ਵਾਸਤੇ ਕੱਢ ਕੇ ਰੱਖਣਾ ਤੇ ਉਹ ਮੈਂ ਵੀ ਨਾ ਕੌਲੀ ਲੈ ਕੇ ਤੇ ਮੈਂ ਵੀ ਜਦੋਂ ਵੈਸੇ ਬਣਾਵਾ ਨਾ ਮੈਂ ਜ਼ਰੂਰ ਕੱਢਣੀ ਆ ਪਤਾ ਨਹੀਂ ਹੁਣ ਤੁਸੀਂ ਲੋਕ ਇਹ ਕੰਮ ਕਰਦੇ ਹੋ ਕਿ ਨਹੀਂ ਕੱਢਦੇ ਲੇਕਿਨ ਮੈਂ ਲਾਜ਼ਮੀ ਜਦੋਂ ਵੀ ਕਾਲੇ ਚਨੇ ਬਣਾਉਣੇ ਨੇ ਨਾ ਤੇ ਮੈਂ ਭੁਜੇ ਚਨੇ ਲਾਜ਼ਮੀ ਕੱਢਣੇ ਨੇ ਔਰ ਨਾ ਮਜ਼ਾ ਆਉਂਦਾ ਉਹ ਖਾਣ ਦਾ ਬਹੁਤ ਜ਼ਿਆਦਾ ਖੈਰ ਮੈਂ ਆਪਣੇ ਵਾਸਤੇ ਕੱਢ ਕੇ ਕੱਢੇ ਤੇ ਥੋੜੀ ਸੰ ਤੇ ਨਾ ਉਹ ਮੈਂ ਕੱਢ ਕੇ ਰੱਖ ਦਿੱਤੇ ਔਰ ਫਿਰ ਮੈਂ ਨਾ ਬੋਇਲ ਪਾਣੀ ਪਾਇਆ ਜਿੰਨਾ شورਬਾ ਰਿਕੁਆਇਰਡ ਸੀ ਉਹ ਕੀਤਾ ਬਣਾਇਆ ਤੇ ਨਾ ਇਹਨਾਂ ਚੰਨਿਆਂ ਦਾ ਇਹ ਫਾਇਦਾ ਹੈ ਕਿ ਇੱਕ ਵਾਰੀ ਤੁਸੀਂ ਰੋਟੀ ਨਾਲ ਖਾ ਲਓ ਤੇ ਦੂਸਰੀ ਵਾਰੀ ਤੁਸੀਂ ਇਹਦੇ ਨਾਲ ਚਾਵਲ ਬੋਇਲ ਕਰ ਲਓ ਮੈਂ ਤੇ ਵੈਸੇ ਇਸ ਤਰ੍ਹਾਂ ਹੀ ਕਰਨੀ ਹੈ ਤੁਸੀਂ ਕਿਸ ਤਰ੍ਹਾਂ ਕਰਦੇ ਹੋ ਮੈਨੂੰ ਜ਼ਰੂਰ ਦੱਸਣਾ ਔਰ ਨਾ ਇੱਕ ਟਾਈਮ ਤੇ ਮੈਂ ਜਾਂ ਫਸਟ ਟਾਈਮ ਚਾਵਲ ਬਣਾ ਲੈਣੇ ਨੇ ਬਾਅਦ ਚ ਰੋਟੀ ਬਣਾ ਲੈਣੀ ਹੈ ਜਾਂ ਫਸਟ ਟਾਈਮ ਜਿਹੜਾ ਆਲ ਰੋਟੀ ਬਣਾ ਲੈਣੀ ਹੈ ਬਾਅਦ ਜਿਹੜਾ ਬਚਣਾ ਹੈ ਤੇ ਸ਼ਾਮ ਨੂੰ ਜਿਹੜਾ ਚਾਵਲ ਬਣ ਜੁਣੇ ਉਹ ਤੁਹਾਡਾ ਬਹੁਤ ਸੋਹਣਾ ਜਿਹੜਾ ਟਾਈਮ ਨਾ ਗੁਜ਼ਰ ਜਾਂਦਾ ਹੈ ਹਰ ਰੋਜ਼ ਮੈਂ ਇਹਦੇ ਵਿੱਚ ਮੇਥੀ ਪਾਈ ਬੜਾ ਸੋਹਣਾ ਸਾਲਨ ਬਣ ਗਿਆ ਸੀ ਸੋਰਾ ਸੰਗਣਾ ਸੰਗਣਾ ਸ਼ੋਰਬਾ ਜਿਹੜਾ ਹੁੰਦਾ ਹੈ ਔਰ ਜਿਹੜਾ ਮੇਥੀ ਪਾ ਕੇ ਫਿਰ ਇਹਨੂੰ ਮੈਂ ਜ਼ਰਾ ਹਲਾਇਆ ਥੋੜੀ ਦੇਲੇ ਦੇ ਤੇ ਟੱਕਣ ਦਿੱਤਾ ਤੇ ਫਿਰ ਵਿੱਚ ਪਾ ਮੰਦੇ ਅਸੀਂ ਇਹਦੇ ਕੀ ਹੁਣ ਬੰਦੇ ਨੇ ਧਨੀਆ ਔਰ ਨਾ ਇੱਕ ਮੇਰੀ ਫਰੈਂਡ ਬੜੀ ਪਿਆਰੀ ਜੀ ਸਿਸਟਰ ਤੋਂ ਕਹਿੰਸੀ ਆਪ ਧਨੀਆ ਬਹੁਤ ਇਸਤੇਮਾਲ ਕਰਦੀ ਹਜੇ ਪਹਿਣ ਮੈਂ ਥੋੜਾ ਧਨੀਆ ਪਾ ਲੀਆ ਸਾਡੇ ਘਰ ਇਹਨਾਂ ਧਨੀਆ ਪੈਂਦਾ ਹੁੰਦਾ ਸੀ ਨਾ ਪਾਕਿਸਤਾਨੇ ਕੋਈ ਨਾ ਮੇਰੇ ਕਜ਼ਨ ਅੱਲਾਹ ਨੂੰ ਜੰਨਤ ਦੇਵੇ ਆਇਆ ਤੇ ਕਹਿੰਦਾ ਖਾਲਾ ਮੈਨੂੰ ਇੰਜ ਲੱਗਦਾ ਤੂੰ ਹਾਂਡੀ ਨਹੀਂ ਪਕਾਉਂਦੀ ਤੂੰ ਧਨੀਆ ਪਕਾਉਂਦੀ ਅੰਮੀ ਬਹੁਤ ਜ਼ਿਆਦਾ ਧਨੀਆ ਪਾਉਂਦੇ ਹੁਣ ਸੋਨਾਂ ਨੂੰ ਪਸੰਦ ਸੀ ਕਿ ਬਹੁ ਤੇ ਹਰ ਕਿਸੇ ਤੇ ਤੇ ਮੈਂ ਤੇ ਬਹੁਤ ਥੋੜਾ ਧਨੀਆ ਇਸਤੇਮਾਲ ਕਰਨੀ ਆ ਹੁਣ ਮੈਂ ਅੰਮੀ ਦੀ ਵਜ੍ਹਾ ਤੋਂ ਨਾ ਜ਼ਰਾ ਜ਼ਿਆਦਾ ਧਨੀਆ ਪਾਨੀਆ ਕਿਉਂਕਿ ਇੱਥੇ ਤੇ ਧਨੀਆ ਮਹਿੰਗਾ ਹੀ ਬੜਾ ਹੈ ਪਰ ਹਲੇ ਜਿਹੜੀਆਂ ਗੱਲਾਂ ਨੇ ਨਾ ਇਹ ਬਸ ਨਾਲ-ਨਾਲ ਯਾਦਾਂ ਹਰ ਚੀਜ਼ ਦੇ ਨਾਲ ਜਿਵੇਂ ਮੈਂ ਅੱਗੇ ਵੀ ਕਈ ਦਫਾ ਕਿਹਾ ਹਰ ਚੀਜ਼ ਦੇ ਨਾਲ ਕੋਈ ਨਾ ਕੋਈ ਯਾਦ ਜੁੜੀ ਹੁੰਦੀ ਹੈ ਤੇ ਹੁਣ ਮੈਂ ਨਾ ਆਟਾ ਗੁਜਿਆ ਸੀ ਤੇ ਮੈਂ ਕਿਹਾ ਮੈਂ ਨਾ ਆਟਾ ਜਿਹੜਾ ਨਾ ਕਿੰਨਾ ਸਾਰੀ ਗੁਨ ਲਿਆ ਸੀ ਮੈਂ ਔ ਮਸ਼ੀਨ ਨੂੰ ਇਸਤੇਮਾਲ ਕਰਨ ਦੇ ਚੱਕਰ 'ਚ ਕਿੰਨਾ ਆਟਾ ਗੁੱਜ ਗਿਆ ਮੈਂ ਕਿਹਾ ਹੁਣ ਰੋਟੀਆਂ ਪਕਾਵਾਂਗੇ ਤੇ ਸ਼ਾਮ ਨੂੰ ਬੱਚਿਆਂ ਨੇ ਉਹ ਰੋਟੀ ਤੇ ਦੁਬਾਰਾ ਨਹੀਂ ਖਾਣੀ ਫਿਰ ਸ਼ਾਮ ਨੂੰ ਮੈਂ ਥੋੜੇ سارے ਚਾਵਲ ਬੋਇਲ ਕਰ ਲਵਾਂਗੀ ਤੇ ਦੋ ਟਾਈਮ ਜਿਹੜਾ ਨਾ ਸਾਡਾ ਬਹੁਤ ਸੋਨਾ ਚੱਲ ਜਾ ਚਲਾ ਜਾਏਗਾ ਲੇਕਿਨ ਇਹ ਵੇ ਕਿ ਅਜ਼ਵਾਦੀ ਵਜਾ ਤੁਮੈਂ ਕਾਫੀ ਜ਼ਿਆਦਾ ਅਪਸਰਟ ਹੋਈ ਤੁਸੀਂ ਸਭ ਦੁਆ ਕਰਨਾ ਮੇਰੀ ਬੇਟੀ ਵਾਸਤੇ ਅੱਲਾਹ ਤਾਲਾ ਨੂੰ ਸਿਹਤ ਦੇਵੇ ਤੰਦਰੁਸਤੀ ਦੇਵੇ ਵੀਡੀਓ ਨੂੰ ਪਸੰਦ ਲਾਈਕ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਅੱਲਾਹ ਹਾਫਿਜ਼